ਜੇਕਰ ਤੁਹਾਨੂੰ ਦਮਾ ਹੈ ਤਾਂ ਤੁਹਾਡੇ ਫੇਫੜਿਆਂ ਦੀਆਂ ਸਾਹ ਦੀਆਂ ਨਾਲੀਆਂ ਤੰਗ ਹੋ ਸਕਦੀਆਂ ਹਨ ਕਿਉਂਕਿ ਉਹ ਸੋਜੇ ਥਨ ਇਹ ਤੁਹਾਡੇ ਦਮੇ ਦੇ ਲੱਛਣਾਂ ਦਾ ਕਾਰਨ ਬਣਦਾ ਹੈ ਜਿਵੇਂ ਕਿ ਸਾਹ ਚੜਨਾ ਖੰਗਜਾ ਦਮੇ ਦੇ ਦੌਰੇ ਤੁਹਾਡੇ ਦਮੇ ਦੀ ਰੋਕਥਾਮ ਕਰਨ ਵਾਲੇ ਵਿੱਚ ਸਟੀਰੋਇਡ ਦੀ ਇੱਕ ਛੋਟੀ ਜਹੀ ਮਾਤਰਾ ਹੁੰਦੀ ਹੈ ਜੋ ਤੁਹਾਡੇ ਫੇਫੜਿਆਂ ਵਿੱਚ ਸੋਜਸ਼ ਨੂੰ ਘਟਾਉਂਦੀ ਹੈ ਤੁਹਾਡੇ ਦਮੇ ਦੇ ਲੱਛਣਾਂ ਅਤੇ ਦਮੇ ਦੇ ਦੌਰੇ ਨੂੰ ਰੋਕਦੀ ਹੈ ਕੁਝ ਇਨਹੇਲਰਾਂ ਵਿੱਚ ਸਟੀਰੋਇਡਸ ਅਤੇ ਇੱਕ ਹੋਰ ਦਵਾਈ ਦਾ ਸੁਮੇਲ ਹੁੰਦਾ ਹੈ ਜੋ ਉਹਨਾਂ ਦੀਆਂ ਲਾਈਨਾਂ ਵਿੱਚ ਮਾਸਪੇਸ਼ੀਆਂ ਨੂੰ ਆਰਾਮ ਦੇ ਕੇ ਤੁਹਾਡੇ ਸਾਹ ਨਾਲੀਆਂ ਨੂੰ ਖੋਲਦਾ ਹੈ ਆਪਣੇ ਦਮੇ ਦੇ ਲੱਛਣਾਂ ਨੂੰ ਕਾਬੂ ਵਿੱਚ ਰੱਖਣ ਲਈ ਅਤੇ ਲੰਬੇ ਸਮੇਂ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਨ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਹਰ ਰੋਜ਼ ਇਹ ਇਨਹੇਲਰ ਨਿਰਧਾਰਿਤ ਕੀਤੇ ਅਨੁਸਾਰ ਲਓ ਭਾਵੇਂ ਤੁਸੀਂ ਠੀਕ ਮਹਿਸੂਸ ਕਰੋ ਰਿਲੀਵਰੀ ਇਨਹੇਲਰ ਆਮ ਤੌਰ ਤੇ ਤੁਹਾਡਾ ਨੀਲਾ ਇਨਹੇਲਰ ਤੁਹਾਡੀ ਸਾਹ ਨਾਲੀ ਦੀ ਲਾਈਨਿੰਗ ਵਿੱਚ ਮਾਸਪੇਸ਼ੀਆਂ ਨੂੰ ਆਰਾਮ ਦੇ ਕੇ ਤੁਹਾਡੇ ਸਾਹ ਨਾਲੀਆਂ ਨੂੰ ਜਲਦੀ ਖੋਲਦਾ ਹੈ ਪ੍ਰਭਾਵ ਸਿਰਫ ਥੋੜੇ ਸਮੇਂ ਲਈ ਰਹਿੰਦੇ ਹਨ ਆਮ ਤੌਰ ਤੇ ਲਗਭਗ 4 ਘੰਟੇ ਇਹ ਇਨਹੇਲਰ ਸਿਰਫ ਉਦੋਂ ਹੀ ਵਰਤੇ ਜਾਣੇ ਚਾਹੀਦੇ ਹਨ ਜਦੋਂ ਤੁਸੀਂ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹੋ ਜਾਂ ਐਮਰਜੈਂਸੀ ਵਿੱਚ ਮਹਿਸੂਸ ਕਰਦੇ ਹੋ ਅਤੇ ਨਿਯਮਿਤ ਤੌਰ ਤੇ ਇਸ ਦੀ ਲੋੜ ਨਹੀਂ ਹੋਣੀ ਚਾਹੀਦੀ ਜੇਕਰ ਤੁਹਾਨੂੰ ਹਫ਼ਤੇ ਵਿੱਚ 3 ਜਾਂ ਵੱਧ ਵਾਰ ਆਪਣੇ ਨੀਲੇ ਰਿਲੀਵਰ ਇਨਹੇਲਰ ਦੀ ਵਰਤੋਂ ਕਰਨ ਦੀ ਲੋੜ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਡਾ ਦਮਾ ਵਿਗੜ ਰਿਹਾ ਹੈ ਅਤੇ ਤੁਹਾਨੂੰ ਆਪਣੇ ਜੀਪੀ ਜਾਂ ਦਮੇ ਦੀ ਨਰਸ ਨਾਲ ਗੱਲ ਕਰਨੀ ਚਾਹੀਦੀ ਹੈ ਜੇਕਰ ਤੁਹਾਡਾ ਰਿਲੀਵਰ ਇਨਹੇਲਰ ਐਮਰਜੈਂਸੀ ਵਿੱਚ ਤੁਹਾਡੀ ਸਾਹ ਦੀ ਤਕਲੀਫ ਤੋਂ ਰਾਹਤ ਨਹੀਂ ਦੇ ਰਿਹਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰੀ ਮਦਦ ਲੈਣੀ ਚਾਹੀਦੀ ਹੈ ਤੁਸੀਂ ਜੋ ਵੀ ਇਨਹੇਲਰ ਵਰਤਦੇ ਹੋ ਸਭ ਤੋਂ ਵਧੀਆ ਤਕਨੀਕ ਬਾਰੇ ਸਲਾਹ ਲੈਣਾ ਮਹੱਤਵਪੂਰਨ ਹੈ ਇਹ ਵੀ ਇੱਕ ਚੰਗਾ ਵਿਚਾਰ ਹੈ ਕਿ ਤੁਹਾਡੀ ਦਮੇ ਦੀ ਟੀਮ ਜਾਂ ਤੁਹਾਡੇ ਫਾਰਮਾਸਿਸਿਸਟ ਸਾਲ ਵਿੱਚ ਘਟੋ ਘਟੇ ਇੱਕ ਵਾਰ ਤੁਹਾਡੀ ਸਮੀਖਿਆ ਕਰਨ ਤਾਂ ਜੋ ਤੁਸੀਂ ਆਪਣੇ ਇਲਾਜ ਤੋਂ ਖੁਸ਼ ਹੋ ਅਤੇ ਤੁਹਾਡਾ ਦਮਾ ਕੰਟਰੋਲ ਵਿੱਚ ਹੈ ਜੇਕਰ ਰੋਕਥਾਮ ਕਰਨ ਵਾਲੇ ਇਨਹੇਲਰ ਤੁਹਾਡੇ ਲੱਛਣਾਂ ਨੂੰ ਕੰਟਰੋਲ ਨਹੀਂ ਕਰ ਰਹੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਨ੍ਹਾਂ ਤੋਂ ਪ੍ਰਤੀਰੋਧਕ ਹੋ ਗਏ ਹੋ ਇਹ ਹੋ ਸਕਦਾ ਹੈ ਕਿ ਤੁਹਾਨੂੰ ਵਾਧੂ ਦਵਾਈਆਂ ਦੀ ਲੋੜ ਹੋਵੇ ਜਿਵੇਂ ਕਿ ਗੋਲੀਆਂ ਅਤੇ ਕੁਝ ਮਾਮਲਿਆਂ ਵਿੱਚ ਟੀਕੇ ਜਿਨ੍ਹਾਂ ਨੂੰ ਬਾਇਓਲੋਜੀ ਕਿਹਾ ਜਾਂਦਾ ਹੈ ਜੋ ਅਸੀਂ ਘਰ ਵਿੱਚ ਦਿੱਤੇ ਜਾਣ ਦਾ ਪ੍ਰਬੰਧ ਕਰ ਸਕਦੇ ਹਾਂ ਤੁਸੀਂ ਸ਼ਾਇਦ ਰਵਾਇਤੀ ਦਵਾਈਆਂ ਲੈ ਰਹੇ ਹੋ ਵੋ ਇਸ ਬਾਰੇ ਆਪਣੇ ਡਾਕਟਰ ਜਾਂ ਨਰਸ ਨਾਲ ਚਰਚਾ ਕਰਨਾ ਠੀਕ ਹੈ ਜੇਕਰ ਤੁਸੀਂ ਆਪਣੇ ਦਮੇ ਦੇ ਕੰਟਰੋਲ ਤੋਂ ਖੁਸ਼ ਨਹੀਂ ਹੋ ਤਾਂ ਕਿਰਪਾ ਕਰਕੇ ਅਜ ਹੀ ਆਪਣੀ ਦਮੇ ਦੀ ਟੀਮ ਨਾਲ ਮੁਲਾਕਾਤ ਦਾ ਪ੍ਰਬੰਧ ਕਰੋ